मैं सच्चे पातशाह दी मैं वाहिगुरु दी बहुत बहुत शुक्रगुजार हैं, बहुत बहुत शुक्रगुजार हैं। अज जो सिद्धू परिवार दे विच दोबारा खुशी मुड़ के आई है, बहुत बहुत शुक्रगुजार हैं परमात्मा दी। हाँ जी, माता नूं मिल के की कहंदे? माता जी बहुत खुश है, तंदुरुस्त है, तो सच्चे पातशाह अगे इको दुआ है परमात्मा इन्हां नूं लंबियां उम्र देवे ते बुरियां बलावां तो बचावे। ਵੀਰੇ ਹਜੇ ਨਾ ਇਹ ਪਾਰਟੀ ਹਾਈਕਮਾਂਡ ਨੇ ਡਿਸਾਈਡ ਕਰਨੀਆਂ ਹੁੰਦੀਆਂ ਟਿਕਟਾਂ, ਜਦੋਂ ਅਨਾਊਂਸ ਹੋਣਗੀਆਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂਗੇ। ਥੈਂਕ ਯੂ ਮੈਡਮ। ਕਿਸ ਤਰ੍ਹਾਂ ਦੀ? ਮੈਂ ਸੱਚੇ ਪਾਤਸ਼ਾਹ ਦੀ ਮੈਂ ਵਾਹਿਗੁਰੂ ਦੀ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ, ਬਹੁਤ ਬਹੁਤ ਸ਼ੁਕਰਗੁਜ਼ਾਰ ਹੈ। ਅੱਜ ਜੋ ਸਿੱਧੂ ਪਰਿਵਾਰ ਦੇ ਵਿੱਚ ਦੁਬਾਰਾ ਖੁਸ਼ੀ ਮੁੜ ਕੇ ਆਈ ਹੈ, ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਪਰਮਾਤਮਾ ਦੀ। ਹਾਂਜੀ, ਮਾਤਾ ਨੂੰ ਮਿਲ ਕੇ ਕੀ ਕਹਿੰਦੇ? ਮਾਤਾ ਜੀ ਬਹੁਤ ਖੁਸ਼ ਹੈ, ਤੰਦਰੁਸਤ ਹੈ, ਅਤੇ ਸੱਚੇ ਪਾਤਸ਼ਾਹ ਅੱਗੇ ਇੱਕੋ ਦੁਆ ਹੈ ਪਰਮਾਤਮਾ ਇਹਨਾਂ ਨੂੰ ਲੰਬੀਆਂ ਉਮਰਾਂ ਦੇਵੇ ਅਤੇ ਬੁਰੀਆਂ ਬਲਾਵਾਂ ਤੋਂ ਬਚਾਵੇ। ਲੋਕ ਸਭਾ ਦੇ ਚੁਣਾਵ ਆ ਰਹੇ ਨੇ, ਤੁਹਾਨੂੰ ਬਠਿੰਡਾ ਦੀ ਸੀਟ ਤੋਂ ਕਿਵੇਂ ਦੇਖਦੇ ਹੋ? ਵੀਰੇ ਹਜੇ ਨਾ ਇਹ ਪਾਰਟੀ ਹਾਈਕਮਾਂਡ ਨੇ ਡਿਸਾਈਡ ਕਰਨੀਆਂ ਹੁੰਦੀਆਂ ਟਿਕਟਾਂ, ਜਦੋਂ ਅਨਾਊਂਸ ਹੋਣਗੀਆਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂਗੇ। ਥੈਂਕ ਯੂ ਮੈਡਮ। ਮੈਂ ਸੱਚੇ ਪਾਤਸ਼ਾਹ ਦੀ ਮੈਂ ਵਾਹਿਗੁਰੂ ਦੀ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ, ਬਹੁਤ ਬਹੁਤ ਸ਼ੁਕਰਗੁਜ਼ਾਰ ਹੈ। ਅੱਜ ਜੋ ਸਿੱਧੂ ਪਰਿਵਾਰ ਦੇ ਵਿੱਚ ਦੁਬਾਰਾ ਖੁਸ਼ੀ ਮੁੜ ਕੇ ਆਈ ਹੈ, ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਪਰਮਾਤਮਾ ਦੀ। ਹਾਂਜੀ, ਮਾਤਾ ਨੂੰ ਮਿਲ ਕੇ ਕੀ ਕਹਿੰਦੇ? ਮਾਤਾ ਜੀ ਬਹੁਤ ਖੁਸ਼ ਹੈ, ਤੰਦਰੁਸਤ ਹੈ, ਅਤੇ ਸੱਚੇ ਪਾਤਸ਼ਾਹ ਅੱਗੇ ਇੱਕੋ ਦੁਆ ਹੈ ਪਰਮਾਤਮਾ ਇਹਨਾਂ ਨੂੰ ਲੰਬੀਆਂ ਉਮਰਾਂ ਦੇਵੇ ਅਤੇ ਬੁਰੀਆਂ ਬਲਾਵਾਂ ਤੋਂ ਬਚਾਵੇ। ਲੋਕ ਸਭਾ ਦੇ ਚੁਣਾਵ ਆ ਰਹੇ ਨੇ, ਤੁਹਾਨੂੰ ਬਠਿੰਡਾ ਦੀ ਸੀਟ ਤੋਂ ਕਿਵੇਂ ਦੇਖਦੇ ਹੋ? ਵੀਰੇ ਹਜੇ ਨਾ ਇਹ ਪਾਰਟੀ ਹਾਈਕਮਾਂਡ ਨੇ ਡਿਸਾਈਡ ਕਰਨੀਆਂ ਹੁੰਦੀਆਂ ਟਿਕਟਾਂ, ਜਦੋਂ ਅਨਾਊਂਸ ਹੋਣਗੀਆਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂਗੇ। ਥੈਂਕ ਯੂ ਮੈਡਮ। ਕਿਸ ਤਰ੍ਹਾਂ ਦੀ? ਮੈਂ ਸੱਚੇ ਪਾਤਸ਼ਾਹ ਦੀ ਮੈਂ ਵਾਹਿਗੁਰੂ ਦੀ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ, ਬਹੁਤ ਬਹੁਤ ਸ਼ੁਕਰਗੁਜ਼ਾਰ ਹੈ। ਅੱਜ ਜੋ ਸਿੱਧੂ ਪਰਿਵਾਰ ਦੇ ਵਿੱਚ ਦੁਬਾਰਾ ਖੁਸ਼ੀ ਮੁੜ ਕੇ ਆਈ ਹੈ, ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਪਰਮਾਤਮਾ ਦੀ। ਹਾਂਜੀ, ਮਾਤਾ ਨੂੰ ਮਿਲ ਕੇ ਕੀ ਕਹਿੰਦੇ? ਮਾਤਾ ਜੀ ਬਹੁਤ ਖੁਸ਼ ਹੈ, ਤੰਦਰੁਸਤ ਹੈ, ਅਤੇ ਸੱਚੇ ਪਾਤਸ਼ਾਹ ਅੱਗੇ ਇੱਕੋ ਦੁਆ ਹੈ ਪਰਮਾਤਮਾ ਇਹਨਾਂ ਨੂੰ ਲੰਬੀਆਂ ਉਮਰਾਂ ਦੇਵੇ ਅਤੇ ਬੁਰੀਆਂ ਬਲਾਵਾਂ ਤੋਂ ਬਚਾਵੇ। ਲੋਕ ਸਭਾ ਦੇ ਚੁਣਾਵ ਆ ਰਹੇ ਨੇ, ਤੁਹਾਨੂੰ ਬਠਿੰਡਾ ਦੀ ਸੀਟ ਤੋਂ ਕਿਵੇਂ ਦੇਖਦੇ ਹੋ? ਵੀਰੇ ਹਜੇ ਨਾ ਇਹ ਪਾਰਟੀ ਹਾਈਕਮਾਂਡ ਨੇ ਡਿਸਾਈਡ ਕਰਨੀਆਂ ਹੁੰਦੀਆਂ ਟਿਕਟਾਂ, ਜਦੋਂ ਅਨਾਊਂਸ ਹੋਣਗੀਆਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂਗੇ। ਥੈਂਕ ਯੂ ਮੈਡਮ। ਕਿਸ ਤਰ੍ਹਾਂ ਦੀ? ਮੈਂ ਸੱਚੇ ਪਾਤਸ਼ਾਹ ਦੀ ਮੈਂ ਵਾਹਿਗੁਰੂ ਦੀ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ, ਬਹੁਤ ਬਹੁਤ ਸ਼ੁਕਰਗੁਜ਼ਾਰ ਹੈ। ਅੱਜ ਜੋ ਸਿੱਧੂ ਪਰਿਵਾਰ ਦੇ ਵਿੱਚ ਦੁਬਾਰਾ ਖੁਸ਼ੀ ਮੁੜ ਕੇ ਆਈ ਹੈ, ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਪਰਮਾਤਮਾ ਦੀ। ਹਾਂਜੀ, ਮਾਤਾ ਨੂੰ ਮਿਲ ਕੇ ਕੀ ਕਹਿੰਦੇ? ਮਾਤਾ ਜੀ ਬਹੁਤ ਖੁਸ਼ ਹੈ, ਤੰਦਰੁਸਤ ਹੈ, ਅਤੇ ਸੱਚੇ ਪਾਤਸ਼ਾਹ ਅੱਗੇ ਇੱਕੋ ਦੁਆ ਹੈ ਪਰਮਾਤਮਾ ਇਹਨਾਂ ਨੂੰ ਲੰਬੀਆਂ ਉਮਰਾਂ ਦੇਵੇ ਅਤੇ ਬੁਰੀਆਂ ਬਲਾਵਾਂ ਤੋਂ ਬਚਾਵੇ। ਲੋਕ ਸਭਾ ਦੇ ਚੁਣਾਵ ਆ ਰਹੇ ਨੇ, ਤੁਹਾਨੂੰ ਬਠਿੰਡਾ ਦੀ ਸੀਟ ਤੋਂ ਕਿਵੇਂ ਦੇਖਦੇ ਹੋ? ਵੀਰੇ ਹਜੇ ਨਾ ਇਹ ਪਾਰਟੀ ਹਾਈਕਮਾਂਡ ਨੇ ਡਿਸਾਈਡ ਕਰਨੀਆਂ ਹੁੰਦੀਆਂ ਟਿਕਟਾਂ, ਜਦੋਂ ਅਨਾਊਂਸ ਹੋਣਗੀਆਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂਗੇ। ਥੈਂਕ ਯੂ